ਇਹਨਾਂ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ, ਕਿੰਨੇ ਆਰਾਮ ਦੇ ਨਾਲ ਦੁਕਾਨ ਦੇ ਅੰਦਰ ਇਹ ਚੋਰ ਦਾਖਲ ਹੁੰਦਾ ਹੈ, ਗੱਲੇ ਦੇ ਵਿੱਚੋਂ 1 ਲੱਖ ਰੁਪਏ ਨਗਦ ਕੱਢਦਾ ਹੈ ਅਤੇ ਆਰਾਮ ਦੇ ਨਾਲ ਬਾਹਰ ਵੀ ਆ ਜਾਂਦਾ ਹੈ। ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਸਿਰ ਦੇ ਉੱਤੇ ਹੀ CCTV ਲੱਗਿਆ ਹੈ। ਇਹਨਾਂ CCTV ਦੇ ਵਿੱਚ ਇਸ ਦਾ ਚਿਹਰਾ ਸਾਫ ਸਾਫ ਦੇਖਿਆ ਗਿਆ, ਜਿਸ ਤੋਂ ਬਾਅਦ ਦੁਕਾਨਦਾਰ ਨੇ, ਜੋ ਕਿ ਇੱਕ ਮਹਿਲਾ ਸੀ, ਉਸਨੇ ਇਹਦਾ ਚਿਹਰਾ ਦੇਖਿਆ, ਇਹਨੂੰ ਆਲੇ ਦੁਆਲੇ ਲੱਭਿਆ ਅਤੇ ਫਿਰ ਇਸ ਨੂੰ ਕਾਬੂ ਵੀ ਕਰ ਲਿਆ। ਬਾਅਦ ਦੇ ਵਿੱਚ ਜਦ ਫੜਿਆ ਗਿਆ ਇਹ ਚੋਰ, ਤਾਂ ਦੇਖੋ ਕਿਵੇਂ ਡਰਾਮੇ ਕਰਨ ਲੱਗ ਪਿਆ ਕਿ ਇਹ ਮੰਦਬੁੱਧੀ ਹੈ। ਪਰ ਦੁਕਾਨਦਾਰ ਦੇ ਮੁਤਾਬਕ ਇਹ ਪਹਿਲਾਂ ਵੀ ਕਈ ਵਾਰ ਅਲੱਗ ਅਲੱਗ ਦੁਕਾਨਾਂ 'ਤੇ ਚੋਰੀ ਕਰ ਚੁੱਕਿਆ ਹੈ ਅਤੇ ਇਸ ਵਾਰ ਇਹ ਉਸਦੇ ਹੱਥੀਂ ਚੜ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੱਦ ਲਿਆ ਗਿਆ ਅਤੇ ਪੁਲਿਸ ਸਾਹਮਣੇ ਵੀ ਇਹ ਚੋਰ ਡਰਾਮੇ ਕਰੀ ਜਾ ਰਿਹਾ ਸੀ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੋਹਾਲੀ ਦੀਆਂ, ਜਿੱਥੇ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ। ਦਿਨ ਦਿਹਾੜੇ ਮੋਹਾਲੀ ਦੇ ਇੱਕ ਫੇਜ਼ ਦੀ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਵੜਦਾ ਹੈ, ਜਿੱਥੋਂ ਗੱਲੇ ਦੇ ਵਿੱਚ ਪਿਆ 1 ਲੱਖ ਰੁਪਏ ਕੈਸ਼ ਚੁੱਕ ਕੇ ਫਰਾਰ ਹੋ ਜਾਂਦਾ ਹੈ। CCTV ਮੂਹਰੇ ਹੀ ਲੱਗਿਆ ਸੀ, ਤਾਂ ਕਰਕੇ ਬਚਾਅ ਹੋ ਗਿਆ, ਇਹ ਫੜਿਆ ਗਿਆ। ਮਹਿਲਾ ਦੁਕਾਨਦਾਰ ਨੇ ਇਕੱਲੀ ਨੇ ਹੀ ਇਸ ਨੂੰ ਕਾਬੂ ਕਰ ਲਿਆ। ਬਾਅਦ ਦੇ ਵਿੱਚ ਭੀੜ ਇਕੱਠੀ ਹੋਈ, ਇਸ ਦੀ ਕੁੱਟਮਾਰ ਵੀ ਕੀਤੀ ਗਈ, ਪੁਲਿਸ ਨੂੰ ਬੁਲਾਇਆ ਗਿਆ ਅਤੇ ਬਾਅਦ ਦੇ ਵਿੱਚ ਪੁਲਿਸ ਇਸ ਨੂੰ ਗ੍ਰਿਫਤਾਰ ਕਰਕੇ ਲੈ ਗਈ। ਆਓ ਮੌਕੇ ਤੇ ਕੀ ਮਾਹੌਲ ਬਣਿਆ, ਦੁਕਾਨਦਾਰ ਮਹਿਲਾ ਦਾ ਕੀ ਕਹਿਣਾ ਹੈ, ਜਾਣਦੇ ਹਾਂ। ਇਹ ਚੋਰੀਆਂ ਕਰਦੇ ਆ, ਸਵੇਰੇ ਕਹਿਣਗੇ ਇਹਨਾਂ ਦਾ ਪੂਰਾ, ਤੇ ਇਹ ਚੋਰੀ ਕਰਕੇ ਨਾ ਭੱਜਦੇ ਆ। ਦੇਖਦੇ ਕੋਈ ਢਿੱਲੇ ਜੀ ਦੁਕਾਨ ਕੋਈ ਹੋਵੇ ਇਹਨਾਂ ਦੀ, ਤਾਂ ਇਹ ਸਵੇਰੇ ਨਾ 7:30 ਗੱਲੇ ਚ ਪੈਸੇ ਕੱਢੇ ਬੜੇ ਆਰਾਮ ਨਾਲ, ₹1 ਲੱਖ ਰੁਪਏ ਦਾ ਨੀਅਰਲੀ, ਪਤਾ ਨਹੀਂ ਹੈ ਸਾਨੂੰ ਉਸ ਤੋਂ ਜ਼ਿਆਦਾ ਕੈਸ਼ ਕਾਊਂਟਰ ਕੈਸ਼ ਬੜੇ ਆਰਾਮ ਨਾਲ, ਤੁਹਾਨੂੰ ਵੀਡੀਓ ਭੇਜ ਦਿਆਂ ਮੈਂ, ਵੀਡੀਓ ਵੀ ਹੈ, ਬੜੇ ਆਰਾਮ ਨਾਲ ਕੱਢੇ ਆ ਪੈਸੇ ਔਰ ਚਲੇ ਗਿਆ, ਲੈ ਕੇ ਪੈਸੇ ਲੈ ਕੇ ਬੜੇ ਆਰਾਮ ਨਾਲ, ਆਪਣਾ ਟਾਈਮ ਲਿਆ, ਪੂਰਾ ਟਾਈਮ ਲਿਆ ਤੇ ਚਲਾ ਗਿਆ, ਲੈ ਕੇ ਪੈਸੇ ਨਿਕਲ ਗਿਆ। ਫੜਿਆ ਕਿਵੇਂ, ਇਹਨੂੰ ਜਦੋਂ ਗੱਲੇ ਚੋਂ ਕੱਢ ਰਿਹਾ ਸੀ ਪੈਸੇ, ਇਹਨੇ ਬਲਕ ਇਹ ਭੱਜ ਗਿਆ, ਇਹਨਾਂ ਨੇ ਅਸੀਂ ਵੀਡੀਓ ਸਰਕੂਲੇਟ ਕੀਤੀ ਆਪਸ ਚ ਸਾਰਿਆਂ ਨੇ, ਫਿਰ ਇਹਨਾਂ ਨੇ ਕਿਸੇ ਨੇ ਇਹਨੂੰ ਡਿਟੈਕਟ ਕੀਤਾ ਵੀ ਮੁੰਡਾ ਜਾਣ ਪਛਾਣ ਦਾ ਹੈ, ਫਿਰ ਇਹਨੂੰ ਪਕੜ ਕੇ ਅਸੀਂ ਇਧਰੋਂ ਹੀ ਲੈ ਕੇ ਆਏ ਆ ਠਾਕੁਰ ਸਵੇਰੇ 7:30 ਡੈਰੀ ਦੇ ਕੋਲੋਂ ਫੜਿਆ ਹੈ। ਪੁਲਿਸ ਨਹੀਂ ਆਈ ਹਜੇ ਤੱਕ, ਪੁਲਿਸ ਨੂੰ ਫੋਨ ਕੀਤਾ ਹੋਇਆ ਹੈ, ਪੁਲਿਸ ਅਜੇ ਆਈ, ਕਿੰਨੀ ਦੇਰ ਹੋ ਗਈ, ਪੁਲਿਸ ਨੂੰ ਹੋ ਗਿਆ 15 ਮਿੰਟ ਹੋ ਗਏ ਆਈ ਨਹੀਂ, ਹਾਂਜੀ ਮਤਲਬ ਇਹ ਹੈ ਹੁਣ ਦੁਕਾਨਦਾਰ ਜਿਹੜਾ ਚੋਰਾਂ ਨੂੰ ਆਪ ਪਕੜੂਗਾ, ਪੁਲਿਸ ਦਾ ਕੋਈ ਕੰਮ ਨਹੀਂ, ਹਾਂਜੀ ਪਤਾ ਨਹੀਂ ਸਰ, ਅਸੀਂ ਤਾਂ ਤੰਗ ਹੋ ਚੁੱਕੇ ਇਹਨਾਂ ਕੋਲੋਂ, ਇੱਕ ਵਾਰ ਨਹੀਂ ਸਾਡੇ ਨਾਲ, ਪਤਾ ਨਹੀਂ ਕਿੰਨੀ ਵਾਰ ਹੋ ਚੁੱਕੇ ਇਹਨਾਂ ਦੇ ਕਰਕੇ, ਅਸੀਂ ਕਹਿ ਰਹੇ ਹੁਣ ਸਾਲ ਪਹਿਲਾਂ ਵੀ ਇਹ ਚੋਰੀ ਕਰਦਾ ਪਿਆ, ਹਾਂ ਇਹਨਾਂ ਕਰਕੇ ਕੈਮਰੇ ਲਗਵਾਏ, ਅਸੀਂ ਕੈਮਰੇ ਲਗਵਾਏ ਪਿਛਲੇ ਸਾਲ ਇਹਨਾਂ ਕਰਕੇ, ਇੰਨੀ ਵਾਰ ਤੰਗ ਹੋ ਗਏ ਅਸੀਂ ਵੀ ਕੈਮਰੇ ਲਗਵਾਏ। ਇਹਨਾਂ ਤਸਵੀਰਾਂ ਨੂੰ ਧਿਆਨ ਦੇ ਨਾਲ ਦੇਖੋ, ਕਿੰਨੇ ਆਰਾਮ ਦੇ ਨਾਲ ਦੁਕਾਨ ਦੇ ਅੰਦਰ ਇਹ ਚੋਰ ਦਾਖਲ ਹੁੰਦਾ ਹੈ, ਗੱਲੇ ਦੇ ਵਿੱਚੋਂ 1 ਲੱਖ ਰੁਪਏ ਨਗਦ ਕੱਢਦਾ ਹੈ ਅਤੇ ਆਰਾਮ ਦੇ ਨਾਲ ਬਾਹਰ ਵੀ ਆ ਜਾਂਦਾ ਹੈ। ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਦੇ ਸਿਰ ਦੇ ਉੱਤੇ ਹੀ CCTV ਲੱਗਿਆ ਹੈ। ਇਹਨਾਂ CCTV ਦੇ ਵਿੱਚ ਇਸ ਦਾ ਚਿਹਰਾ ਸਾਫ ਸਾਫ ਦੇਖਿਆ ਗਿਆ, ਜਿਸ ਤੋਂ ਬਾਅਦ ਦੁਕਾਨਦਾਰ ਨੇ, ਜੋ ਕਿ ਇੱਕ ਮਹਿਲਾ ਸੀ, ਉਸਨੇ ਇਹਦਾ ਚਿਹਰਾ ਦੇਖਿਆ, ਇਹਨੂੰ ਆਲੇ ਦੁਆਲੇ ਲੱਭਿਆ ਅਤੇ ਫਿਰ ਇਸ ਨੂੰ ਕਾਬੂ ਵੀ ਕਰ ਲਿਆ। ਬਾਅਦ ਦੇ ਵਿੱਚ ਜਦ ਫੜਿਆ ਗਿਆ ਇਹ ਚੋਰ, ਤਾਂ ਦੇਖੋ ਕਿਵੇਂ ਡਰਾਮੇ ਕਰਨ ਲੱਗ ਪਿਆ ਕਿ ਇਹ ਮੰਦਬੁੱਧੀ ਹੈ। ਪਰ ਦੁਕਾਨਦਾਰ ਦੇ ਮੁਤਾਬਕ ਇਹ ਪਹਿਲਾਂ ਵੀ ਕਈ ਵਾਰ ਅਲੱਗ ਅਲੱਗ ਦੁਕਾਨਾਂ 'ਤੇ ਚੋਰੀ ਕਰ ਚੁੱਕਿਆ ਹੈ ਅਤੇ ਇਸ ਵਾਰ ਇਹ ਉਸਦੇ ਹੱਥੀਂ ਚੜ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੱਦ ਲਿਆ ਗਿਆ ਅਤੇ ਪੁਲਿਸ ਸਾਹਮਣੇ ਵੀ ਇਹ ਚੋਰ ਡਰਾਮੇ ਕਰੀ ਜਾ ਰਿਹਾ ਸੀ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੋਹਾਲੀ ਦੀਆਂ, ਜਿੱਥੇ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ। ਦਿਨ ਦਿਹਾੜੇ ਮੋਹਾਲੀ ਦੇ ਇੱਕ ਫੇਜ਼ ਦੀ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਵੜਦਾ ਹੈ,
ਜਿੱਥੋਂ ਗੱਲੇ ਦੇ ਵਿੱਚ ਪਿਆ 1 ਲੱਖ ਰੁਪਏ ਕੈਸ਼ ਚੁੱਕ ਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਮੂਹਰੇ ਹੀ ਲੱਗਿਆ ਸੀ ਤਾਂ ਕਰਕੇ ਬਚਾਅ ਹੋ ਗਿਆ, ਇਹ ਫੜਿਆ ਗਿਆ। ਮਹਿਲਾ ਦੁਕਾਨਦਾਰ ਨੇ ਇਕੱਲੀ ਨੇ ਹੀ ਇਸ ਨੂੰ ਕਾਬੂ ਕਰ ਲਿਆ। ਬਾਅਦ ਦੇ ਵਿੱਚ ਭੀੜ ਇਕੱਠੀ ਹੋਈ, ਇਸ ਦੀ ਕੁੱਟਮਾਰ ਵੀ ਕੀਤੀ ਗਈ, ਪੁਲਿਸ ਨੂੰ ਬੁਲਾਇਆ ਗਿਆ ਅਤੇ ਬਾਅਦ ਦੇ ਵਿੱਚ ਪੁਲਿਸ ਇਸ ਨੂੰ ਗ੍ਰਿਫਤਾਰ ਕਰਕੇ ਲੈ ਗਈ। ਆਓ ਮੌਕੇ ਤੇ ਕੀ ਮਾਹੌਲ ਬਣਿਆ, ਦੁਕਾਨਦਾਰ ਮਹਿਲਾ ਦਾ ਕੀ ਕਹਿਣਾ ਹੈ ਜਾਣਦੇ ਹਾਂ। ਚੋਰੀਆਂ ਕਰਦੇ ਆ, ਸਵੇਰੇ ਕਹਿਣਗੇ ਇਹਨਾਂ ਨੂੰ ਥੋੜਾ ਜਿਹਾ ਚੋਰੀ ਕਰਕੇ ਨਾ ਬਚਣਗੇ। ਦੇਖਦੇ ਕੋਈ ਢਿੱਲੇ ਜਿਹੇ ਦੁਕਾਨ ਕੋਈ ਹੋਏ ਇਦਾਂ ਦੀ, ਤਾਂ ਇਹ ਸਵੇਰੇ ਨਾ 6:30 ਗੱਲੇ ਚ ਪੈਸੇ ਕੱਢੇ ਬੜੇ ਆਰਾਮ ਨਾਲ। ₹1 ਲੱਖ ਰੁਪਏ ਦਾ ਨੀਅਰਲੀ, ਪਤਾ ਨਹੀਂ ਹੈ ਸਾਨੂੰ ਉਸ ਤੋਂ ਜ਼ਿਆਦਾ ਕੈਸ਼ ਕਾਊਂਟਰ ਕੈਸ਼ ਬੜੇ ਆਰਾਮ ਨਾਲ ਤੁਹਾਨੂੰ ਵੀਡੀਓ ਭੇਜ ਦਿਆਂ ਮੈਂ, ਵੀਡੀਓ ਵੀ ਹੈ ਬੜੇ ਆਰਾਮ ਨਾਲ ਕੱਢੇ ਪੈਸੇ ਔਰ ਚਲੇ ਗਿਆ ਲੈ ਕੇ ਪੈਸੇ ਲੈ ਕੇ ਬੜੇ ਆਰਾਮ ਨਾਲ। ਆਪਣਾ ਟਾਈਮ ਲਿਆ, ਪੂਰਾ ਟਾਈਮ ਲਿਆ ਤੇ ਚਲਾ ਗਿਆ ਲੈ ਕੇ, ਪੈਸੇ ਨਿਕਲ ਗਏ। ਫੜਿਆ ਕਿਵੇਂ ਜਦੋਂ ਗੱਲੇ ਚੋਂ ਕੱਢ ਰਿਹਾ ਸੀ ਪੈਸੇ, ਇਹਨੇ ਮਤਲਬ ਇਹ ਭੱਜ ਗਿਆ। ਇਹਨਾਂ ਨੇ ਅਸੀਂ ਵੀਡੀਓ ਸਰਕੂਲੇਟ ਕੀਤੀਆਂ ਆਪਸ ਚ ਸਾਰਿਆਂ ਨੇ, ਫਿਰ ਇਹਨਾਂ ਨੇ ਕਿਸੇ ਨੇ ਇਹਨੂੰ ਡਿਟੈਕਟ ਕੀਤਾ ਵੀ ਮੁੰਡਾ ਜਾਣ ਪਛਾਣ ਦਾ ਹੈ, ਫਿਰ ਇਹਨੂੰ ਪਕੜ ਕੇ ਅਸੀਂ ਇਧਰੋਂ ਹੀ ਲੈ ਕੇ ਆਏ ਆ ਠਾਕੁਰ ਮੈਡਮ। ਸਵੇਰੇ 6:30 ਡੈਰੀ ਦੇ ਕੋਲੋਂ ਫੜਿਆ ਇਹਨੂੰ, ਪੁਲਿਸ ਨਹੀਂ ਆਈ ਹਜੇ ਤੱਕ। ਪੁਲਿਸ ਨੂੰ ਫੋਨ ਕੀਤਾ ਹੋਇਆ, ਪੁਲਿਸ ਅਜੇ ਆਈ। ਕਿੰਨੀ ਦੇਰ ਹੋ ਗਈ ਪੁਲਿਸ ਨੂੰ? ਹੋ ਗਿਆ 15 ਮਿੰਟ ਹੋ ਗਏ ਆਈ ਨਹੀਂ। ਹਾਂਜੀ, ਮਤਲਬ ਇਹ ਹੁਣ ਦੁਕਾਨਦਾਰ ਜਿਹੜਾ ਚੋਰਾਂ ਨੂੰ ਆਪ ਪਕੜੂਗਾ, ਪੁਲਿਸ ਦਾ ਕੋਈ ਕੰਮ ਨਹੀਂ। ਹਾਂਜੀ, ਪਤਾ ਨਹੀਂ ਸਰ, ਅਸੀਂ ਤਾਂ ਤੰਗ ਹੋ ਚੁੱਕੇ ਇਹਨਾਂ ਕੋਲੋਂ। ਇੱਕ ਵਾਰ ਨਹੀਂ ਸਾਡੇ ਨਾਲ, ਪਤਾ ਨਹੀਂ ਕਿੰਨੀ ਵਾਰ ਹੋ ਚੁੱਕੇ ਇਹਨਾਂ ਦੇ ਕਰਕੇ। ਤੁਸੀਂ ਕਹਿ ਰਹੇ ਹੁਣ ਸਾਲ ਪਹਿਲਾਂ ਵੀ ਇਹ ਚੋਰੀ ਕਰਦਾ ਪਿਆ? ਹਾਂ, ਇਹਨਾਂ ਕਰਕੇ ਕੈਮਰੇ ਲਗਵਾਏ ਅਸੀਂ ਕੈਮਰੇ ਲਗਵਾਏ ਪਿਛਲੇ ਸਾਲ, ਇਹਨਾਂ ਕਰਕੇ ਇੰਨੀ ਵਾਰ ਤੰਗ ਹੋ ਗਏ ਅਸੀਂ ਕੈਮਰੇ ਲਗਵਾਏ।